ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਜਨ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਹੈ ਇਹ ਅਪਡੇਟ ਹੈਗੀ ਹੈ ਜੀ ਏ ਡੀ ਜੀ ਪੀ ਦਫ਼ਤਰ ਵੱਲੋਂ ਏ ਡੀ ਜੀ ਪੀ ਟੀ ਐਸ ਐਸ ਯਾਨੀ ਕਿ ਏ ਡੀ ਜੀ ਪੀ ਟੈਕਨੀਕਲ ਸਰਵਿਸਿਜ਼ ਦਫ਼ਤਰ ਆ ਜਿਹੜਾ ਉਹਨਾਂ ਵੱਲੋਂ ਇਹ ਜਿਹੜਾ ਇੱਕ ਲੈਟਰ ਜਾਰੀ ਕੀਤਾ ਗਿਆ ਇਹਦੇ ਪਹਿਲਾਂ ਮੈਂ ਲੈਟਰ ਬਾਰੇ ਦੱਸ ਦਵਾਂ ਕਿ ਮੈਨੂੰ ਇਹ ਲੈਟਰ ਸੋਸ਼ਲ ਮੀਡੀਆ ਤੇ ਹੀ ਪ੍ਰਾਪਤ ਹੋਇਆ ਸੀਗਾ ਠੀਕ ਹੈ ਕਿਸੇ ਕੈਂਡੀਡੇਟ ਦੇ ਥਰੂ ਹੀ ਪ੍ਰਾਪਤ ਹੋਇਆ ਤੇ ਉਹ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਿਹਾ ਤੇ ਇਹਦੇ ਵਿੱਚ ਕੀ ਜਿਹੜੀ ਕੈਂਡੀਡੇਟਸ ਦੇ ਲਈ ਭਰਤੀ ਦੇ ਰਿਗਾਰਡਿੰਗ ਕੋਈ ਤੁਸੀਂ ਬਹੁਤੀ ਵੱਡੀ ਖਬਰ ਨਹੀਂ ਕਹਿ ਸਕਦੇ ਬਟ ਜਿਹੜੇ TSS ਵਿੰਗ ਦੇ ਵਿੱਚ ਭਰਤੀ ਹੋਣ ਜਾ ਰਹੇ ਕੈਂਡੀਡੇਟ ਆ ਉਹਨਾਂ ਨੂੰ ਉਹਨਾਂ ਦੇ ਲਈ ਇਹ ਖਬਰ ਜਿਹੜੀ ਬੜੀ ਮਹੱਤਵਪੂਰਨ ਆ ਕਿਉਂਕਿ ਉਹਨਾਂ ਨੂੰ ਇਨ ਫਿਊਚਰ ਇਹਦਾ ਕੀ ਬੈਨੀਫਿਟ ਹੋਣਾ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਤੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਟੈਕਨੀਕਲ ਸਰਵਿਸਿਜ਼ ਕੌਣ ਨੇ ਜੀ ਤੁਹਾਨੂੰ ਪਤਾ ਰਾਮ ਸਿੰਘ ਜੀ ਹੈਗੇ ਜੀ ਆਪਣੇ ADGP ਟੈਕਨੀਕਲ ਸਰਵਿਸਿਜ਼ ਪੰਜਾਬ ਪੁਲਿਸ ਤੇ ਜਿਹੜੇ ਵਧੀਆ ਸੇਵਾਵਾਂ TSS ਵਿੰਗ ਦੇ ਨਿਭਾ ਰਹੇ ਆ ਤੇ ਇਹ ਲੈਟਰ ਜਾਰੀ ਕੀਤਾ ਗਿਆ ਹਾਲਾਂਕਿ ਇਹਦੇ ਉੱਪਰ ਤੁਸੀਂ ਦੇਖੋਗੇ ਕਿ ਲੈਟਰ ਨੰਬਰ ਤੇ ਡੇਟ ਮੈਂਸ਼ਨ ਨਹੀਂ ਹੈ ਠੀਕ ਹੈ ਨੀਚੇ ਕੀਤੀ ਹੋਈ ਆ ਇਹ ਲੈਟਰ ਜਦੋਂ ਫਾਈਨਲ ਹੋਣ ਤੋਂ ਪਹਿਲਾਂ ਕਿਸੇ ਨੇ ਮੇਰੇ ਖਾਲਾ ਫੋਟੋ ਵਗੈਰਾ ਲਈ ਹੋਈ ਹੈ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਜੀ ਇਹ ਕਹਿੰਦੇ ਆ ਕਿ ਜਿਹੜੀ ਸਪੈਸ਼ਲਾਈਜ਼ੇਸ਼ਨ ਆ ਪੰਜਾਬ ਪੁਲਿਸ ਦੀ ਉਸ ਸਪੈਸ਼ਲਾਈਜ਼ੇਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਠੀਕ ਹੈ ਸਪੈਸ਼ਲਾਈਜ਼ੇਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਕੁਆਲੀਫਾਈਡ ਪ੍ਰੋਫੈਸ਼ਨਲਸ ਲਏ ਜਾ ਰਹੇ ਆ ਵੇਰੀਅਸ ਫੀਲਡਸ ਦੇ ਵਿੱਚੋਂ ਠੀਕ ਹੈ ਤਾਂ ਉਹ ਕਿਹੜੇ ਕਿਹੜੇ ਆ ਜੀ ਉਹ ਕੁਆਲੀਫਾਈਡ ਪ੍ਰੋਫੈਸ਼ਨਲਸ ਲਏ ਜਾ ਰਹੇ ਆ ਜਿਹੜੇ ਕਿ ਐਚਆਰਐਮ ਚੋਂ ਲਏ ਜਾ ਰਹੇ ਆ ਹਿਊਮਨ ਸੋਰਸ ਮੈਨੇਜਮੈਂਟ ਆਈਟੀ ਚੋਂ ਲਏ ਜਾ ਰਹੇ ਆ ਇਨਫੋਰਮੇਸ਼ਨ ਟੈਕਨੋਲੋਜੀ ਡਰੱਗ ਅਬਿਊਜ਼ ਕਾਉਂਸਲਿੰਗ ਚੋਂ ਲਏ ਜਾ ਰਹੇ ਆ ਜੀ ਟ੍ਰੇਨਿੰਗ ਚੋਂ ਲਏ ਜਾ ਰਹੇ ਆ ਫੋਰੈਂਸਿਕਸ ਚੋਂ ਲਏ ਜਾ ਰਹੇ ਤੇ ਉਸ ਤੋਂ ਇਲਾਵਾ ਹੋਰ ਵੀ ਆ ਤੇ ਇਹ ਕਹਿੰਦੇ ਰਿਕੁਆਇਰਡ ਆ ਟੂ ਅਪਗ੍ਰੇਡ ਦਾ ਸਕਿਲਸ ਆਫ ਪੁਲਿਸ ਆਫੀਸਰ ਐਂਡ ਇਨਸ਼ੋਰ ਬੈਟਰ ਡਿਲੀਵਰੀ ਆਫ ਪੁਲਿਸ ਸਰਵਿਸਸਿਸ ਟੂ ਦਾ ਸਿਟੀਜ਼ਨਸ ਦੇਖੋ ਆਬਵੀਅਸ ਆ ਕਿ ਜੇ ਵੱਖ-ਵੱਖ ਜਿਹੜੇ ਵਿੰਗਸ ਦੇ ਜਾਂ ਫੀਲਡਸ ਦੇ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਫੈਸ਼ਨਲ ਪੰਜਾਬ ਪੁਲਿਸ ਚ ਹੋਣਗੇ ਤਾਂ ਆਬੀਅਸ ਹੈ ਕਿ ਪੁਲਿਸ ਇੱਕ ਵਧੀਆ ਨਿਖਰ ਕੇ ਆਏਗੀ ਠੀਕ ਹੈ ਪੰਜਾਬ ਪੁਲਿਸ ਤਾਂ ਉਹਦਾ ਬੈਨੀਫਿਟ ਜਿਹੜਾ ਜਨਤਾ ਨੂੰ ਆਮ ਜਨਤਾ ਨੂੰ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਜੇ ਮੰਨ ਲਓ ਕੋਈ ਆਈਟੀ ਦੇ ਰਿਲੇਟਡ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਪੰਜਾਬ ਪੁਲਿਸ ਤੱਕ ਅਪਰੋਚ ਕਰੋਗੇ ਤਾਂ ਉਹ ਆਈਟੀ ਦਾ ਜੇ ਕੋਈ ਤੁਹਾਡਾ ਗਲਿਚ ਆ ਕੋਈ ਤੁਹਾਡੇ ਨਾਲ ਫਰਾਡ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਜੇ ਮੰਨ ਲਓ ਪੁਲਿਸ ਕੋਲ ਵਧੀਆ ਇੱਕ ਸੈਟਅਪ ਤਿਆਰ ਕੀਤਾ ਹੋਏਗਾ ਤਾਂ ਤੁਹਾਡਾ ਥੋੜੇ ਟਾਈਮ ਦੇ ਵਿੱਚ ਹੀ ਉਹ ਸਾਰਾ ਕੁਝ ਸਟ੍ਰੇਸ ਹੋ ਕੇ ਤੁਹਾਨੂੰ ਜਿਹੜੀ ਉਹਦਾ ਨਿਆ ਮਿਲ ਜਾਏਗਾ ਠੀਕ ਹੈ ਤਾਂ ਇਹ ਚੀਜ਼ਾਂ ਹੁੰਦੀਆਂ ਤੇ ਦੇ ਇਫਰੈਂਸੀ ਕਹਿੰਦੇ ਡਰੱਗ ਅਬਿਊਜ਼ ਕਾਉਂਸਲਿੰਗ ਤਾਂ ਉਸ ਤੋਂ ਬਾਅਦ ਜੀ ਇਹ ਦੱਸਦੇ ਆ ਕਿ ਇਟ ਹੈਸ ਬੀਨ ਪ੍ਰੋਪੋਜ਼ਡ ਟੂ ਰਿਕਰੂਟ ਪਰਸਨਸ ਵਿਦ ਸਪੈਸ਼ਲ ਕੁਆਲਿਫਿਕੇਸ਼ਨਸ ਐਂਡ ਐਕਸਪੀਰੀਅੰਸ ਇਨ ਦਾ ਰੈਂਕ ਆਫ ਸਬ ਇਨਸਪੈਕਟਰ ਐਂਡ ਕਾਂਸਟੇਬਲਸ ਕਹਿੰਦੇ ਇਹ ਪ੍ਰੋਪੋਜ਼ ਕੀਤਾ ਗਿਆ ਸੀ ਠੀਕ ਹੈ ਇਹਦਾ ਕਹਿੰਦੇ ਇੱਕ ਪ੍ਰੋਪੋਜ਼ਲ ਬਣਾਇਆ ਗਿਆ ਕਿ ਅਸੀਂ ਸਪੈਸ਼ਲ ਕੁਆਲਿਫਿਕੇਸ਼ਨਸ ਬਾਰੇ ਵਾਲੇ ਤੇ ਐਕਸਪੀਰੀਅੰਸ ਵਾਲੇ ਕੈਂਡੀਡੇਟ ਹਾਇਰ ਕਰਨੇ ਆ ਸਬ ਇਨਸਪੈਕਟਰ ਦੇ ਲਈ ਤੇ ਕਾਂਸਟੇਬਲਸ ਦੇ ਠੀਕ ਹੈ ਤਾਂ স্পেশাল কোয়ালিফিকেশন লিখਿਆ ਇੱਥੇ ਤੁਸੀਂ ਧਿਆਨ ਨਾਲ ਦੇਖਿਓ ਠੀਕ ਹੈ ਇਹਦਾ ਉਹਨਾਂ ਨੂੰ ਵੀ ਕਲੀਅਰ ਹੋ ਜਾਏਗਾ ਜਿਹੜੇ ਕਹਿੰਦੇ ਆ ਕਿ ਇੱਕ ਸਬਜੈਕਟ ਚੱਲਣਾ ਦੋ ਸਬਜੈਕਟ ਚੱਲਨੇ ਆ ਸਪੈਸ਼ਲਾਈਜ਼ੇਸ਼ਨ ਇੱਥੇ ਵੀ ਮੈਂਸ਼ਨ ਆ ਠੀਕ ਹੈ ਤੇ টিਐਸਐਸ ਦੀ ਜਿਹੜੀ ਭਰਤੀ ਆ ਸਪੈਸ਼ਲਾਈਜ਼ੇਸ਼ਨ ਵਾਲੀ ਆ ਇਹਦੇ ਕੋਲ ਤੁਹਾਡੇ ਕੋਲ ਫੁੱਲ ਫਲੈਜ ਡਿਗਰੀ ਹੋਵੇ ਉਸੇ ਪਾਰਟਿਕੂਲਰ ਸਬਜੈਕਟ ਦੇ ਵਿੱਚ ਠੀਕ ਹੈ ਤੇ ਚਲੋ ਆਪਾਂ ਇਹ ਚੀਜ਼ ਦੇ ਵਿੱਚ ਨਹੀਂ ਪੈਂਦੇ ਕਿਉਂਕਿ ਉਹ ਤੁਹਾਨੂੰ ਰਿਜ਼ਲਟ ਤੇ ਪਤਾ ਲੱਗ ਜਾਣਾ ਉਸ ਤੋਂ ਬਾਅਦ ਜੀ ਅੱਗੇ ਦੱਸਦੇ ਆ ਕਿ ਇਨ ਪਰਸੂਅਸ ਦਾ ਸੈਕਸ਼ਨ 45 ਐ ਪੰਜਾਬ ਪੁਲਿਸ ਐਕਟ 2007 ਦਾ ਡੀਜੀਪੀ ਪੰਜਾਬ ਚੰਡੀਗੜ੍ਹ ਹੈਜ਼ ਟ੍ਰਾਂਸਫਰਡ 168 ਨੰਬਰ ਆਫ ਪੋਸਟਸ ਆਫ ਸਬ ਇੰਸਪੈਕਟਰ ਤੇ 1535 ਨੰਬਰ ਆਫ ਪੋਸਟਸ ਆਫ ਕਨਸਟੇਬਲ ਟੂ TSS ਕੈਡਰ ਫॉर ਰਿਕਰੂਟਮੈਂਟ ਆਫ ਡੋਮੇਨ ਐਕਸਪਰਟ ਵਿਦ TSS ਕੈਡਰ ਇਨ ਪੰਜਾਬ ਪੁਲਿਸ ਐਸ ਪਰ ਡਿਟੇਲਸ ਮੈਂਸ਼ਨ ਬਿਲੋ ਇਹ ਕਹਿੰਦੇ ਆ ਜੀ ਕਿ TSS ਕੈਡਰ ਦੇ ਵਿੱਚ ਜਿਹੜੀਆਂ ਬਾਕੀ ਕੈਡਰਸ ਨੇ ਬਾਕੀ ਕੈਡਰਸ ਹੋਗੇ ਜਿਵੇਂ ਡਿਸਟ੍ਰਿਕਟ ਹੋ ਗਿਆ ਆਰਮਡ ਹੋ ਗਿਆ ਜਾਂ ਇੰਟੈਲੀਜੈਂਸ ਹੋ ਗਿਆ ਠੀਕ ਹੈ ਤਾਂ ਇੰਨਾ ਕੈਡਰਸ ਦੇ ਵਿੱਚੋਂ ਕਹਿੰਦੇ ਸਬ ਇਨਸਪੈਕਟਰ ਦੀਆਂ 168 ਪੋਸਟਾਂ ਤੇ ਕਨਸਟੇਬਲ ਦੀਆਂ 1500 35 ਪੋਸਟਾਂ ਜਿਹੜੀਆਂ ਉਹ ਟਰਾਂਸਫਰ ਕੀਤੀਆਂ ਗਈਆਂ ਨੇ ਟੀਐਸਐਸ ਕੈਡਰ ਦੇ ਵਿੱਚ ਠੀਕ ਹੈ ਭਾਵ ਕਿ ਟਰਾਂਸਫਰ ਤੋਂ ਭਾਵ ਹੈ ਕਿ ਉਹ ਪੋਸਟਾਂ ਹੁਣ ਜਿਹੜੀਆਂ ਟੀਐਸਐਸ ਕੈਡਰ ਦੀਆਂ ਬਣ ਗਈਆਂ ਨੇ ਉਧਰੋਂ ਜਿਹੜੇ ਆਏ ਉਹ ਕਿਹੜੇ ਕਿਹੜੇ ਕਿੰਨੇ ਕਿਹੜੇ ਕੈਡਰ ਚੋਂ ਕਿੰਨੇ ਆਏ ਆ ਠੀਕ ਹੈ ਇਹ ਕਹਿੰਦੇ ਰਿਕਰੂਟਮੈਂਟ ਪਰਪਸ ਦੇ ਲਈ ਹੀ ਟਰਾਂਸਫਰ ਕੀਤੀਆਂ ਗਈਆਂ ਤਾਂ ਕਿ ਰਿਕਰੂਟਮੈਂਟ ਕੀਤੀ ਜਾ ਸਕੇ ਡੋਮੇਨ ਐਕਸਪੋਰਟਸ ਦੀ ਤੇ ਇਹਦੇ ਵਿੱਚ ਕਹਿੰਦੇ ਡਿਸਟ੍ਰਿਕਟ ਕੈਡਰ ਦੀਆਂ 106 ਪੋਸਟਾਂ ਆਈਆਂ ਨੇ ਇੱਧਰ ਦੇਖੋ ਪੋਸਟਾਂ ਆਈਆਂ ਨੇ ਬੰਦੇ ਨਹੀਂ ਆਏ ਇਸ ਚੀਜ਼ ਦਾ ਵੀ ਧਿਆਨ ਰੱਖਿਓ ਸੈਂਕਸ਼ਨ ਪੋਸਟਾਂ ਆਈਆਂ ਨੇ ਠੀਕ ਹੈ ਸੈਂਕਸ਼ਨ ਪੋਸਟਾਂ ਹੁੰਦੀਆਂ ਨੇ ਜਿਵੇਂ ਮਾਲੋ ਟੀਐਸਐਸ ਕੈਡਰ ਦੇ ਵਿੱਚ ਪਹਿਲਾਂ ਸੈਂਕਸ਼ਨ ਪੋਸਟਾਂ ਘੱਟ ਹੋਣੀਆਂ ਤਾਂ ਹੁਣ ਇੱਧਰੋਂ ਪੋਸਟਾਂ ਲੈ ਲਈਆਂ ਗਈਆਂ ਬਾਕੀ ਕੈਡਰਸ ਤੋਂ ਤਾਂ ਤੇ ਇਹਦੇ ਵਿੱਚ ਦੱਸ ਦਿਆ ਕਿ ਡਿਸਟ੍ਰਿਕਟ ਕੈਡਰ ਦੇ 106 ਸਬ ਇੰਸਪੈਕਟਰ ਦੀਆਂ ਪੋਸਟਾਂ ਆਈਆਂ ਟ੍ਰਾਂਸਫਰ ਹੋਈਆਂ ਨੇ ਤੇ 1338 ਜਿਹੜੀਆਂ ਹੋਈਆਂ ਨੇ ਉਹ ਕਾਂਸਟੇਬਲ ਡਿਸਟ੍ਰਿਕਟ ਕੈਡਰ ਦੀਆਂ ਟ੍ਰਾਂਸਫਰ ਹੋਈਆਂ ਨੇ ਇੱਥੇ ਤੁਸੀਂ ਦੇਖੋਗੇ ਲਿਖਿਆ ਟ੍ਰਾਂਸਫਰਡ ਟੂ ਦਾ ਕੈਡਰ ਕਿਹੜੇ ਕੈਡਰ ਦੇ ਵਿੱਚ ਟ੍ਰਾਂਸਫਰ ਹੋਈਆਂ ਨੇ ਤੇ ਆਰਡਰ ਨੰਬਰ ਉਹਦਾ ਕੀ ਸੀ ਡੇਟ ਕੀ ਸੀ ਠੀਕ ਹੈ ਤਾਂ ਇਹ 2020 2021 ਦੀਆਂ ਟ੍ਰਾਂਸਫਰ ਹੋਈਆਂ ਨੇ ਬੇਸਿਕਲੀ ਉਦੋਂ ਉਦੋਂ ਦਾ ਆਰਡਰ ਨੰਬਰ ਲਗਾਇਆ ਦਿੱਤੇ ਠੀਕ ਹੈ 31521 ਦਾ ਉਸ ਤੋਂ ਬਾਅਦ ਜੀ ਆਰਮਡ ਦੀਆਂ ਸਬ ਇੰਸਪੈਕਟਰ ਦੀ ਕੋਈ ਨਹੀਂ ਹੋਈ ਕਾਂਸਟੇਬਲ ਦੀਆਂ 50 ਪੋਸਟਾਂ ਜਿਹੜੀਆਂ ਟਰਾਂਸਫਰ ਹੋਈਆਂ ਨੇ ਟੀਐਸਐਸ ਦੇ ਵਿੱਚ ਤੇ ਇਹ ਵੀ 31521 ਦੀਆਂ ਹੋਈਆਂ ਉਸ ਤੋਂ ਬਾਅਦ ਜੀ ਇੰਟੈਲੀਜੈਂਸ ਕੈਡਰ ਦੀਆਂ 62 ਸਬ ਇੰਸਪੈਕਟਰ ਦੀਆਂ ਟਰਾਂਸਫਰ ਹੋਈਆਂ ਟੀਐਸਐਸ 'ਚ 147 ਕਾਂਸਟੇਬਲ ਦੀਆਂ ਟਰਾਂਸਫਰ ਹੋਈਆਂ ਟੀਐਸਐਸ ਕੈਡਰ ਦੇ ਵਿੱਚ ਇਹ 17621 ਦਾ ਆਰਡਰ ਹੈ ਜੀ ਤਾਂ 168 ਸਬ ਇੰਸਪੈਕਟਰ ਦੀਆਂ ਤੇ 1535 ਜਿਹੜੀਆਂ ਕਾਂਸਟੇਬਲ ਦੀਆਂ ਟਰਾਂਸਫਰ ਹੋ ਗਈਆਂ ਜੀ ਟੀਐਸਐਸ ਕੈਡਰ ਦੇ ਵਿੱਚ ਟਰਾਂਸਫਰ ਤੋਂ ਬਾਅਦ ਹੁਣ ਉਹ ਤੇ ਇਹਦੇ ਸਬੰਧੀ ਡੀਜੀਪੀ ਸਾਹਿਬ ਨੇ ਇੱਕ ਲੈਟਰ ਵੀ ਜਾਰੀ ਕੀਤਾ ਸੀ 17 ਮਾਰਚ 2023 ਨੂੰ ਤੇ ਉਹਦੇ ਸਿਲਸਿਲੇ ਦੇ ਵਿੱਚ ਕੀ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਜੀ ਅੱਗੇ ਦੱਸਦੇ ਆ ਕਿ ਹੁਣ ਕਹਿੰਦੇ 168 ਪੋਸਟਾਂ ਸਬ ਇੰਸਪੈਕਟਰ 1535 ਪੋਸਟਾਂ ਜਿਹੜੀਆਂ ਕਾਂਸਟੇਬਲ ਦੀਆਂ ਇਹ ਜਿਹੜੀਆਂ ਟਰਾਂਸਫਰ ਹੋਈਆਂ ਸੀ ਪੁਰਾਣੀਆਂ ਪੋਸਟਾਂ ਦੇ ਵਿੱਚ ਮਰਜ ਕਰ ਦਿੱਤੀਆਂ ਗਈਆਂ ਨੇ ਠੀਕ ਹੈ ਮਰਜ ਹੋਣ ਤੋਂ ਬਾਅਦ ਇੱਕ ਨਵੀਂ ਸਟਰੈਂਥ ਬਣ ਗਈ ਆ ਟੀਐਸਐਸ ਦੇ ਵਿੱਚ ਸਬ ਇੰਸਪੈਕਟਰ ਦੀ ਤੇ ਕਾਂਸਟੇਬਲ ਦੀ ਉਹ ਕਿੰਨੀ ਬਣ ਗਈ ਉਹ ਵੀ ਤੁਹਾਨੂੰ ਦੱਸਦੇ ਆ ਤੇ ਅੱਗੇ ਇਹਨਾਂ ਨੇ ਦੱਸਿਆ ਆਰਡਰ ਟੂ ਬੀ ਅਕਾਇਰਡ ਇਨ ਦਾ ਐਗਜ਼ਿਸਟਿੰਗ ਸੈਂਕਸ਼ਨਡ ਠੀਕ ਹੈ ਇੱਥੇ ਤੁਸੀਂ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਜੀ 올ਡ ਸੈਂਕਸ਼ਨਡ ਸਟਰੈਂਥ ਕਿੰਨੀ ਸੀ ਟੀਐਸਐਸ ਦੇ ਵਿੱਚ 올ਡ ਸੈਂਕਸ਼ਨ ਸਟਰੈਂਥ ਸੀਗੀ ਟੀਐਸਐਸ ਦੇ ਵਿੱਚ 244 ਪੋਸਟਾਂ ਸੈਂਕਸ਼ਨ ਸੀਗੀਆਂ ਸਬ ਇਨਸਪੈਕਟਰ ਦੀਆਂ ਠੀਕ ਹੈ ਜੀ ਤੇ ਹੁਣ ਤੁਸੀਂ ਆਜੋ ਵੈਬਸਾਈਟ ਤੇ ਤੇ ਹੁਣ ਜੇਕਰ ਤੁਸੀਂ ਰਿਕਰੂਟਮੈਂਟ ਦੇਖੋਗੇ ਨਾ ਟੀਐਸਐਸ ਦੀ ਜਿਹੜੀ ਆਈ ਸੀ ਹੁਣ ਤਦੋਂ ਵਿੱਚ 267 ਪੋਸਟਾਂ ਦਿੱਤੀਆਂ ਗਈਆਂ ਸਬ ਇੰਸਪੈਕਟਰ ਦੀਆਂ ਠੀਕ ਹੈ ਬਟ ਸੈਂਕਸ਼ਨ ਪੋਸਟਾਂ ਕਿੰਨੀਆਂ ਸੀ 244 ਸੀਗੀਆਂ ਪਹਿਲਾਂ ਠੀਕ ਹੈ ਪਹਿਲਾਂ ਦੀ ਗੱਲ ਕਰ ਰਹੇ ਆਪਾਂ ਇਹ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਭਾਵੇਂ ਕਿ ਜਿਹੜਾ ਹੁਣ ਮੈਂ ਨੋਟੀਫਿਕੇਸ਼ਨ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਸੈਂਕਸ਼ਨ ਵਾਲਾ ਇਹ ਆਉਣ ਤੋਂ ਪਹਿਲਾਂ ਸਟਰੈਂਥ 244 ਦੀ ਸੀ ਸੈਂਕਸ਼ਨ ਪੋਸਟਾਂ ਦੀ ਉਸ ਤੋਂ ਬਾਅਦ ਜੀ 1561 ਦੀ ਕਨਸਟੇਬਲ ਦੀ ਸੀ ਸਟਰੈਂਥ ਸੈਂਕਸ਼ਨ ਪੋਸਟਾਂ ਦੀ ਤੇ 267 ਰੱਖਣੀ ਸੀ ਬਟ ਸੈਂਕਸ਼ਨ ਪੋਸਟਾਂ 244 ਸੀਗੀਆਂ ਇਸ ਕਰਕੇ ਥੋੜੀ ਦਿੱਕਤ ਆ ਰਹੀ ਸੀ ਇਸ ਚੀਜ਼ ਦੇ ਵਿੱਚ ਇਸ ਕਰਕੇ ਸੈਂਕਸ਼ਨ ਵਧਾਈ ਗਈ ਹੈ ਠੀਕ ਹੈ ਤਾਂ ਕਿ ਕੈਂਡੀਡੇਟਸ ਹੋਰ ਜਿਹੜੇ ਹਾਇਰ ਕੀਤੇ ਜਾ ਸਕਣ ਉਹ ਭਾਵੇਂ ਉਹ ਗਿਣਤੀ ਤਾਂ ਪੂਰੀ ਕੀਤੀ ਜਾ ਸਕੇ 244 267 ਦੇ ਵਿੱਚ ਫਰਕ ਤਾਂ ਹੈਗਾ ਹੀ ਤੁਹਾਨੂੰ ਪਤਾ ਦੇਖੋ ਇਹ ਚੀਜ਼ਾਂ ਹੁੰਦੀਆਂ ਨੇ ਜਿੰਨਾਂ ਦੇ ਟਾਈਮ ਲੱਗਦਾ ਹੁੰਦਾ ਜਦੋਂ ਆਪਾਂ ਕਹਿ ਦਿੰਨੇ ਆ ਯਾਰ ਆਪਣਾ ਤੁਹਾਡਾ ਰਿਜ਼ਲਟ ਨਹੀਂ ਆ ਰਿਹਾ ਰਿਜ਼ਲਟ ਕਿਉਂ ਨਹੀਂ ਆ ਰਿਹਾ ਕੀ ਦਿੱਕਤ ਆ ਰਹੀ ਹੈ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਡਿਪਾਰਟਮੈਂਟ ਨੂੰ ਸਾਰਾ ਕੁਝ ਦੇਖ ਕੇ ਕਰਨਾ ਪੈਂਦਾ ਆਪਣੇ ਲੈਵਲ ਤੇ ਤੇ ਉਹਦੇ 'ਚ ਬੜਾ ਟਾਈਮ ਲੱਗ ਜਾਂਦਾ ਕਿਉਂਕਿ ਜਦੋਂ ਇੱਕ ਸਰਕਾਰੀ ਪ੍ਰੋਸੈਸ ਜਿਹੜਾ ਚੱਲਦਾ ਤਾਂ ਉਹ ਇਹ ਤਾਂ ਹੁੰਦਾ ਨਹੀਂ ਵੀ ਇੱਕ ਦੰਦੇ ਵਿੱਚ ਹੋ ਜਾਂਦਾ ਉਹ ਫਾਈਲ ਦਸ ਜਣਿਆਂ ਕੋਲ ਜਾਂਦੀ ਹੈ ਅੱਗੇ ਤਾਂ ਉਹ ਸਾਰੇ ਕਿਦੋਂ ਫਿਰ ਸਾਰੀ ਕਨਸੈਂਟ ਲੈ ਕੇ ਫਿਰ ਉਹ ਸਾਰਾ ਕੁਝ ਹੁੰਦਾ ਠੀਕ ਹੈ ਤਾਂ ਇਹ ਸਿਸਟਮ ਹੁੰਦਾ ਹੈ ਇਹਦਾ ਤਾਂ ਹੁਣ ਸੈਕਸ਼ਨ ਪੋਸਟਾਂ ਦਾ ਮੈਂ ਤੁਹਾਨੂੰ ਦੱਸਦਾ ਤੇ ਕਨਸਟੇਬਲ ਦੀਆਂ ਪਹਿਲਾਂ ਸੈਕਸ਼ਨ ਪੋਸਟਾਂ 1565 ਸੀ ਬਟ ਜੇ ਤੁਸੀਂ ਦੇਖਿਆ ਹੋਵੇ ਤਾਂ 2340 ਦੀ ਭਰਤੀ ਆਈ ਹੈ ਜੀ ਕਨਸਟੇਬਲ ਦੀ ਠੀਕ ਹੈ 2340 ਟੀਐਸਐਸ ਕਨਸਟੇਬਲ ਰੱਖਣੇ ਆ ਤੇ 267 ਰੱਖਣੇ ਜੀ ਸਬ ਇਨਸਪੈਕਟਰ 267 ਦੀ ਜਗ੍ਹਾ ਸੈਂਕਸ਼ਨ ਪੋਸਟਾਂ 244 ਸੀਗੀਆਂ ਪਹਿਲਾਂ 2340 ਦੀ ਜਗ੍ਹਾ ਸੈਂਕਸ਼ਨ ਪੋਸਟਾਂ ਪਹਿਲਾਂ 1561 ਸੀਗੀਆਂ ਠੀਕ ਹੈ ਤੇ ਹੁਣ ਕੀ ਕੀਤਾ ਗਿਆ ਜੀ 168 ਨਵੀਆਂ ਪੋਸਟਾਂ ਟਰਾਂਸਫਰ ਕਰ ਦਿੱਤੀਆਂ ਗਈਆਂ ਠੀਕ ਹੈ ਤਾਂ 412 ਹੋ ਗਈਆਂ ਹੁਣ ਸੈਂਕਸ਼ਨ ਪੋਸਟਾਂ ਟੋਟਲ 267 ਸੀ ਪਹਿਲਾਂ ਮਤਲਬ 267 ਦੀ ਭਰਤੀ ਹੈ ਤਾਂ 412 ਹੋ ਗਈਆਂ ਇਹ ਕੋਟਾ ਪੂਰਾ ਹੋ ਗਿਆ ਇਹਦੇ ਵਿੱਚੋਂ ਤੇ 3000 1535 ਵਿੱਚ ਹੋਰ ਐਡ ਕਰਕੇ 3096 ਹੋ ਚੁੱਕੀਆਂ ਜੀ ਕਨਸਟੇਬਲ ਦੀਆਂ ਤਾਂ 2340 ਵਾਲਾ ਵੀ ਕੋਟਾ ਇਹਦੇ ਵਿੱਚੋਂ ਪੂਰਾ ਹੋ ਗਿਆ 3096 ਦੇ ਵਿੱਚ ਹੀ ਆ ਗਿਆ ਠੀਕ ਹੈ ਤਾਂ ਹੁਣ ਇਹਦੀ ਟੋਟਲ ਸਟਰੈਂਥ ਹੁਣ ਇਹ ਆ 412 ਤੇ 3096 ਠੀਕ ਹੈ ਜੀ ਤਾਂ ਇਹ ਟੋਟਲ ਸਟਰੈਂਥ ਹੁਣ TSS ਵਿੰਗ ਦੀਆਂ ਸੈਂਕਸ਼ਨ ਪੋਸਟਾਂ ਦੀ ਸਟਰੈਂਥ ਆ ਜਿਹੜੀਆਂ ਪੋਸਟਾਂ ਸੈਂਕਸ਼ਨਡ ਆ ਠੀਕ ਹੈ ਜੀ ਤੇ ਇਹਦੇ 'ਚ ਹੁਣ ਇਹ ਆ ਕਿ ਦੇਖੋ 267 ਰੱਖਣੇ ਆ 412 ਪੋਸਟਾਂ ਟੋਟਲ ਆ ਤਾਂ ਬਾਅਦ ਦੇ ਵਿੱਚ ਤੁਹਾਡੀ ਜੋ ਵੀ ਅੱਗੇ ਪ੍ਰਮੋਟ ਹੋ ਕੇ ਕੈਂਡੀਡੇਟ ਜਾਣਗੇ ਕਨਸਟੇਬਲ ਤੋਂ ਠੀਕ ਹੈ ਅੱਗੇ ਹੌਲੀ ਹੌਲੀ ਜਾਂ ਪਹਿਲਾਂ ਦੇ ਜਿਹੜੇ ਲੱਗੇ ਹੋਏ ਹੋਣੇ ਉੱਥੇ ਹੈੱਡ ਕਨਸਟੇਬਲ ਵਗੈਰਾ ਰੈਂਕ ਤੇ ਹੋਣੇ ਜਾਂ ਏਐਸਆਈ ਰੈਂਕ ਤੇ ਹੋਣੇ ਤਾਂ ਉਹ ਜਦੋਂ ਪ੍ਰਮੋਟ ਹੋਣਗੇ ਤਾਂ ਉਹ ਸਬ ਇਨਸਪੈਕਟਰ ਦੇ ਵਿੱਚ ਜਾਣਗੇ ਠੀਕ ਹੈ ਤਾਂ ਉੰਨੀ ਕੁ ਪੋਸਟਾਂ ਉਹਨਾਂ ਕੋਲ ਬਚ ਗਈਆਂ ਠੀਕ ਹੈ 412 ਦੀ ਸਟਰੈਂਥ ਹੋ ਗਈ ਤੇ ਇਹ ਸੀਦਾ ਸਾਰਾ ਫੰਡਾ ਦੋਸਤੋ ਤੇ ਇਹ ਜਿਹੜਾ 13 4 23 ਦਾ ਲੈਟਰ ਜਾਰੀ ਕੀਤਾ ਯਾਨੀ ਕਿ ਕੱਲ ਹੀ ਲੈਟਰ ਇਹ ਜਾਰੀ ਹੋਇਆ ਤੇ ਲੈਟਰ ਵੇਰੀਅਸ ਜਿਹੜਾ ਅੱਗੇ ਅਫਸਰਾਂ ਨੂੰ ਭੇਜਿਆ ਜਾ ਚੁੱਕਿਆ ਉਹਨਾਂ ਦੇ रिकॉर्ड ਦੇ ਲਈ ਠੀਕ ਹੈ ਜਿਵੇਂ ਐਚ ਆਰ ਐਮ ਐਸ ਨੂੰ ਭੇਜਿਆ ਜਾ ਚੁੱਕਿਆ ਹੋਰ ਨੂੰ ਭੇਜਿਆ ਜਾ ਚੁੱਕਿਆ ਤਾਂ ਕਿ ਉਹ ਪ੍ਰੋਪਰ ਰਿਕਾਰਡ ਉਸ ਚੀਜ਼ ਦਾ ਹੋ ਸਕੇ ਤੇ ਇਹ ਅਪਡੇਟ ਸੀਗੀ ਜਿਹੜਾ ਕਾਫੀ ਲੇਟਰਲ ਵਾਇਰਲ ਹੋ ਰਿਹਾ ਸੀਗਾ ਤੇ ਹੁਣ ਆਪਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਰ ਵੀ ਖੁਸ਼ਖਬਰੀਆਂ ਜਿਹੜੇ ਦੇਖਣ ਨੂੰ ਮਿਲ ਸਕਦੀਆਂ ਤੇ ਬਾਕੀ ਪੋਸਟਾਂ ਲਈ ਸਾਡਾ ਬਾਕੀ ਅਪਡੇਟਸ ਜਾਣਨ ਬਾਰੇ ਰੋ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਸਿਗਾ